ਮੇਰੇ ਨਾਂ ਗਿਆਨੀ ਰਤਨ ਸਿੰਘ ਨਤੜਕਾ ਜੀ। ਹਾਂਜੀ, ਕਿੱਥੋਂ ਆਏ ਅੰਕਲ ਜੀ ਤੁਸੀਂ? ਮੈਂ ਕੈਨੇਡਾ ਤੋਂ ਆਇਆ ਜੀ। ਹਾਂਜੀ, ਤੁਹਾਨੂੰ ਕਿੱਥੋਂ ਪਤਾ ਲੱਗਿਆ ਇਸ ਹਸਪੀਟਲ ਬਾਰੇ? ਜੰਮੂ ਉੱਥੇ ਐਡ ਆ ਰਹੀ ਸੀ ਟੀਵੀ ਤੇ। ਹਾਂਜੀ, ਤੇ ਮੈਂ ਉੱਥੇ ਫਿਰ ਨੰਬਰ ਨੋਟ ਕੀਤਾ। ਫਿਰ ਇੱਥੇ ਆਣ ਕੇ ਭਗਤ ਸਿੰਘ ਕਲੋਨੀ 'ਚ ਮੇਰੀ ਰਾਇਸ਼ ਆ, ਇੱਥੋਂ ਮੈਂ ਫੋਨ ਕਰਕੇ ਡਾਕਟਰ ਸਾਹਿਬ ਨਾਲ ਸੰਪਰਕ ਪੈਦਾ ਕੀਤਾ। 77 ਸਾਲ ਦੀ ਮੇਰੀ ਉਮਰ ਆ, 77, ਅਤੇ ਮੇਰਾ ਫਿਰ ਪ੍ਰਸ਼ਨ ਕਹਿੰਦੇ ਹੋ ਜੂਗਾ। ਇਹਨਾਂ ਬਹੁਤ ਪਿਆਰ ਨਾਲ ਇਤਜਾਤ ਨਾਲ ਮੇਰਾ ਪ੍ਰਸ਼ਨ ਕੀਤਾ ਔਰ ਮੈਂ ਇਸ ਵੇਲੇ 15-16 ਦੀ ਏੜਗੜ ਮੇਰਾ ਵੇਟ ਲੂਜ਼ ਹੋਇਆ 1 ਮਹੀਨੇ 'ਚ ਔਰ ਮੈਂ ਗੁੱਡ ਫੀਲ ਕਰ ਰਿਹਾ। ਕਿੰਨਾ ਭਾਰ ਸੀ ਅੰਕਲ ਜੀ ਜਦੋਂ ਤੁਸੀਂ ਇੱਥੇ ਆਏ? 140, ਹੁਣ 125-26, 125-26 ਆ। ਕੀ ਪ੍ਰੋਬਲਮਸ ਆ ਰਹੀਆਂ ਸੀ ਤੁਹਾਨੂੰ ਓਪਰੇਸ਼ਨ ਤੋਂ ਪਹਿਲਾਂ? ਪਹਿਲਾਂ ਓਪਰੇਸ਼ਨ ਮੇਰੇ ਕੋਲ ਤੁਰ ਨਹੀਂ ਹੁੰਦਾ, ਸਾਹ ਬਹੁਤ ਚੜ੍ਹਦਾ ਸੀ, ਮੈਨੂੰ ਪਿਸ਼ਾਬ 6-7 ਵਾਰੀ ਰਾਤ ਨੂੰ ਆਉਂਦਾ ਸੀ ਅਤੇ ਫਿਰ ਮੁੜ ਕੇ ਹੁਣ ਇੱਕ ਵਾਰੀ ਪਿਸ਼ਾਬ ਆਉਂਦਾ, ਦੋ ਨਿੱਕੇ ਵਾਰ ਨਹੀਂ ਆਉਂਦਾ। ਫਿਰ ਮੇਰੇ ਗੋਡੇ ਬਹੁਤ ਦੁਖਦੇ ਸੀ, ਗੋਡੇ ਸਹੀ ਹੋ ਗਏ। ਫਿਰ ਸ਼ੂਗਰ ਬਹੁਤ ਸੀ, ਮੈਂ 1 ਮਹੀਨਾ ਹੋ ਗਿਆ ਸ਼ੂਗਰ ਦੀ ਕੋਈ ਗੋਲੀ ਨਹੀਂ ਖਾਧੀ, ਮਤਲਬ ਪਸ਼ੂ ਦੀ ਕੋਈ ਗੋਲੀ ਨਹੀਂ ਖਾਧੀ। ਫਿਰ ਮੈਨੂੰ ਘਰਾੜੇ ਬਹੁਤ ਆਉਂਦੇ ਸੀ, ਘਰਾੜੇ ਵੀ ਇੱਕ ਦਿਨ ਨਹੀਂ ਆਏ, ਹੁਣ ਘਰਾੜਿਆਂ ਨੂੰ ਵੀ ਆਰਾਮ, ਸ਼ੂਗਰ ਨੂੰ ਵੀ ਆਰਾਮ ਅਤੇ ਔਰ ਬਲੱਡ ਪ੍ਰੈਸ਼ਰ ਨੂੰ ਵੀ, ਜੋ ਮੈਂ ਤਾਂ ਰੱਬ ਵਰਗੇ ਦੇਖੇ ਆ। ਔਰ ਉਹਨਾਂ ਮਿੱਠੇ ਬੋਲ ਨੇ, ਮੱਖ ਤੋਂ ਮਿੱਠੇ ਬੋਲ ਨੇ, ਬੜੇ ਪਿਆਰ ਨਾਲ। ਅਤੇ ਫਿਰ ਸਟਾਫ ਜਿਹੜਾ ਹੈ, ਉਹ ਸਟਾਫ ਇੰਨਾ ਵਧੀਆ ਆ, ਜੋ ਮੇਰੇ ਨਾਲ ਪਿਆਰ ਕੀਤਾ ਉਹ ਮੈਂ ਕਹਿ ਨਹੀਂ ਸਕਦਾ। ਵੀ ਜਿੰਨੀਆਂ ਲੜਕੀਆਂ, ਜਿੰਨੇ ਲੜਕੇ ਇੱਥੇ ਕੰਮ ਕਰਦੇ, ਮੇਰੀ ਬਹੁਤ ਸੇਵਾ ਕੀਤੀ ਹੈ। ਇਹ ਬਿਮਾਰੀ ਤੋਂ ਬਚਣ ਵਾਸਤੇ ਜੰਮੂ ਹੋਸਪਿਟਲ ਜਲੰਧਰ 'ਚ ਪਹੁੰਚੋ ਔਰ ਆਪਣੀ ਮੁਸ਼ਕਲਾਂ ਦਾ ਹੱਲ ਕਰਾਓ। ਔਰ ਇਹ ਓਪਰੇਸ਼ਨ ਕੋਈ ਹੋਵਾ ਨਹੀਂ ਹੈ, ਕੋਈ ਮੈਨੂੰ ਤਕਲੀਫ ਨਹੀਂ ਹੋਈ, ਹੁਣ ਤੱਕ ਤਕਲੀਫ ਨਹੀਂ ਹੋਈ।